ਮੇਰੀ ਬੇਟੀ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਬੀਜੇ ਬੱਸ ਚੜ੍ਹਨ ਨੂੰ ਜਾ ਰਹੇ ਸੀ ਉਹ ਮਤਲਬ 10:30 ਵਜੇ ਦਾ ਟਾਈਮ ਸੀਗਾ ਜੀ ਅਤੇ ਉਹਨਾਂ ਦੇ ਬੈਕ 'ਤੇ ਮੈਂ ਮਤਲਬ ਜਾ ਰਿਹਾ ਸੀ ਥੋੜ੍ਹੀ ਕੁ ਪਿੱਛੇ ਮਤਲਬ ਸਾਡੇ ਪਿੰਡ ਨਿਕਲ ਤੋਂ ਜਾਣੀ ਮਤਲਬ 1 ਕਿੱਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਵੈਨ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਵੈਨ ਸੀਗੀ ਉਹ ਪੀਲੇ ਰੰਗ ਦੀ ਅਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਇੱਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ ਠੀਕ ਆ ਅਤੇ ਉਹ ਬੇਟੀ ਮਤਲਬ ਇੱਕ ਸਾਈਡ 'ਤੇ ਅਗਰ ਕਿ ਮੁੰਡਾ ਵਿੱਚ ਵੈਨ ਦੇ ਬਹੁਤ ਜ਼ਬਰਦਸਤੀ ਲੱਗਿਆ ਅਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਵੈਨ ਦੇ ਵਿੱਚ ਲੱਗ ਕੇ ਨੀਚੇ ਗਿਰਿਆ ਮੁੰਡਾ ਵੀ ਮਤਲਬ ਉਹ ਹੋ ਗਿਆ ਜੀ ਅਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਅਤੇ ਉਹਦੇ ਆਉਂਦੇ ਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਉਣ ਹੋਏ ਪਏ ਸੀਗੇ ਲਹੂ ਵੈਨ ਵਾਲਾ ਉੱਥੇ ਸੀਗਾ ਜਾਂ ਭੱਜ ਗਿਆ ਸੀਗਾ ਵੈਨ ਵਾਲਾ ਛੱਡ ਕੇ ਮਤਲਬ ਉਹ ਅੰਤਰ ਹੋਇਆ ਜੀ ਹਾਂ ਜੀ ਮੈਨੂੰ ਤਾਂ ਬੱਚਿਆਂ ਦੀ ਪੈ ਗਈ ਜਾਂ ਬੱਚੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਉਣ ਤਾਂ ਹੋ ਗਏ ਇੱਕੋ ਲਖਤ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਗਿਆ ਜੀ ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹੋਸਪਿਟਲ ਦੇ ਵਿੱਚ ਮੇਰੇ ਦੋਤੇ ਨੂੰ ਤਾਂ ਮੇਰੇ ਤੱਕ ਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗਾ ਜੀ ਉਹ 4.5 ਸਾਲ ਦਾ ਜੀ ਜਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀਗਾ ਜੀ ਅਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਨੇ ਜੀ ਹਾਂਜੀ ਹਾਂਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ 'ਤੇ ਖਰੋਚ ਆਈ ਆ ਹੁਣ ਉਹ ਬੇਸੁਰਤੀ ਦੀ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ ਦੇਰ ਹੋਸ਼ ਨਹੀਂ ਆਉਂਦੀ ਉੱਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਗਾ ਤੁਹਾਡੀ ਬੇਟੀ ਕਿਵੇਂ ਜੀ ਬੇਟੀ 'ਤੇ ਗੁੱਝੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਉਹ ਵੀ ਅਪਸੈਟ ਆ ਅਤੇ ਹੁਣ ਜਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹਨੂੰ ਕਿੱਥੇ ਲਿਆਂਦਾ ਗਿਆ ਵਾ ਹੋਸਪਿਟਲ ਲਿਆਂਦਾ ਰੱਖਿਆ ਗਈ ਬੋਡੀ ਉਹਦੀ ਬੋਡੀ ਮਤਲਬ ਹੋਸਪਿਟਲ ਤੋਂ ਅਸੀਂ ਸਮਰਾਲੇ ਸਿਵਲ ਹੋਸਪਿਟਲ ਜਮ੍ਹਾਂ ਕਰਾਤੀ ਲਿਆ ਕੇ ਐਕਸੀਡੈਂਟ ਦਾ ਕੀ ਅਣਗਹਿਲ ਕੀ ਲੱਗਦਾ ਜੀ ਕਿੱਦਾਂ ਵੀ ਇਹ ਅਣਗਹਿਲੀ ਕੀਤੀ ਆ ਅਣਗਹਿਲੀ ਵੈਨ ਵਾਲੇ ਦੀ ਕਿਉਂਕਿ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਆ ਨਾ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇੰਨਾ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਵੈਨ ਸੀਗੀ ਸਕੂਲ ਵੈਨ ਸੀਗੀ ਕਿਹੜਾ ਸਕੂਲ ਵੈਨ ਸੀ ਤੁਹਾਨੂੰ ਪਤਾ ਲੱਗਿਆ ਉਹ ਮਗਰੋਂ ਪਤਾ ਲੱਗਾ ਵੀ ਏਅਰਟੈਲ ਸਕੂਲ ਦੀ ਵੈਨ ਸੀ ਏਅਰਟੈਲ ਕਿੱਥੇ ਮਾਧਪੁਰ ਸਕੂਲ ਡਰਾਈਵਰ ਦੀ ਪਛਾਣ ਪਛੁਣ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਜੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਹਾਂਜੀ ਇਹ ਨਾ ਰਪਾਲੋ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸੱਤਿਆ ਭਾਰਤੀ ਏਅਰਟੈਲ ਦੀ ਬੱਸ ਸੀਗੀ ਸਕੂਲ ਦੀ ਅਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 4.5 ਸਾਲ ਉਮਰ ਸੀ ਜਸਰਾਜ ਸਿੰਘ ਉਹ ਆਪਣੇ ਨਾਨਕੇ ਆਪਣੀ ਮਾਤਾ ਨਾਲ ਨਾਨਕੇ ਆਇਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਉਹ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਬੀਜੇ ਨੂੰ ਖੰਨੇ ਵਾਸਤੇ ਅਤੇ ਜਦੋਂ ਰਪਾਲੋ ਕੋਲ ਪਹੁੰਚੇ ਤਾਂ ਸਾਹਮਣੇ ਏਅਰਟੈਲ ਵਾਲਿਆਂ ਦੀ ਜਿਹੜੀ ਸਕੂਲ ਦੀ ਬੱਸ ਸੀ ਉਹ ਆ ਰਹੀ ਸੀ ਵਿੱਚ ਟੱਕਰ ਹੋ ਗਈ ਟੱਕਰ ਨਾਲ ਉਹ ਗਿਰ ਕੇ ਜਿਹੜਾ ਬੱਚੇ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹਦੀ ਸੱਟਾਂ ਲੱਗੀਆਂ ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਜਸਰਾਜ ਸਿੰਘ ਇਹਦਾ ਬੱਚੇ ਦਾ ਨਾਂ ਸੀਗਾ 4.5 ਸਾਲ ਉਮਰ ਸੀਗੀ ਅਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਆ ਜਿਹੜੇ ਬੱਸ ਵਾਲਿਆਂ ਦੇ ਉਹਨਾਂ ਦੇ ਕਲੇਸ ਅਗੇਂਸਟ ਅਸੀਂ FIR ਦਰਜ ਕਰ ਰਹੇ ਹਾਂ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਸੱਤਿਆ ਭਾਰਤੀ ਸਕੂਲ ਏਅਰਟੈਲ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਸੀ ਇਹ ਬੱਸ ਪ੍ਰਾਈਵੇਟ ਸੀਗੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀਗੀ
ਇਹ ਬੱਸ ਤਾਂ ਉਹਨਾਂ ਦੀ ਹਾਇਰ ਕੀਤੀ ਹੋਈ ਸੀ ਅਤੇ ਮੌਕੇ 'ਤੇ ਫਰਾਰ ਹੋ ਗਿਆ ਜਿਹੜਾ ਡਰਾਈਵਰ? ਹਾਂਜੀ ਹਾਂਜੀ।